ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦ ਕਰਦਾ ਜੀ ਸਰਬ ਹਿਊਮੈਨਿਟੀ, ਸਰਬ ਗੋਡ ਵਾਲਿਆਂ ਦਾ ਕਿ ਜਿਹਨਾਂ ਮੇਰੇ ਵੀਰਾਂ ਨੇ ਇੰਨੀ ਸੇਵਾ ਕਰਨ ਦੇ ਆ ਇੱਥੇ COVID-19 ਮੋਹਾਲੀ ਦੇ ਵਿੱਚ, ਕਿ ਜਿੱਦਾਂ ਅਸੀਂ ਪਰੇਸ਼ਾਨੀ ਦੇ ਵਿੱਚ ਇੱਥੇ ਆਏ ਸੀਗੇ 19 ਤਰੀਕ ਤੋਂ ਪਹਿਲਾਂ ਦੀ, ਮੈਂ ਤੁਹਾਨੂੰ ਦੱਸਦਾ ਕਿ 17 ਤਰੀਕ ਨੂੰ ਟੈਸਟ ਹੋਏ ਮੇਰੇ ਬ੍ਰਦਰ ਦੇ ਨਵਦੀਪ ਕੁਮਾਰ। ਅਸੀਂ ਟਾਂਡੇ ਤੋਂ ਹੈਗੇ ਹਾਂ ਜੀ, ਜ਼ਿਲ੍ਹਾ ਹੁਸ਼ਿਆਰਪੁਰ ਅਤੇ ਤਹਿਸੀਲ ਦਸੂਹਾ, ਉੱਥੋਂ ਅਸੀਂ ਆਏ ਹਾਂ 17 ਤਰੀਕ ਨੂੰ। ਪ੍ਰਾਈਵੇਟ ਹੋਸਪਿਟਲ 'ਚ ਆਪਾਂ 3 ਦਿਨ ਰਹੇ ਸੀਗੇ। 17 ਤਰੀਕ ਨੂੰ ਉਹਨਾਂ ਨੇ ਕੋਵਿਡ ਦੇ ਟੈਸਟ ਕਰਵਾਏ ਔਰ 18 ਤਰੀਕ ਨੂੰ ਰਿਪੋਰਟ ਆ ਗਈ। ਜਦੋਂ ਰਿਪੋਰਟ ਆਈ ਆ ਠੀਕ, ਸਾਨੂੰ ਉਹਨਾਂ ਨੇ 8:30 ਕਿਹਾ, ਰਾਤ ਦੇ 8:30 ਸੀ, ਕਿ ਤੁਸੀਂ ਆਪਣਾ ਪੇਸ਼ੈਂਟ ਸਰਕਾਰੀ ਹੋਸਪਿਟਲ ਲੈ ਜਾਓ, ਕਿ ਉੱਥੇ 26 ਬੈੱਡ ਹੈਗੇ ਆ। ਦੇਖੋ ਡਾਕਟਰਾਂ ਦੀ ਕਹੀ ਹੈਗੀ ਆ ਗੱਲਬਾਤ, ਕਿ ਪੇਸ਼ੈਂਟ ਨੂੰ ਰਾਤ ਨੂੰ ਕਿੱਦਾਂ ਖਰਾਬ ਕਰਦੇ ਹੈਗੇ ਆ। ਰਾਤ ਨੂੰ 8:30 ਕਿਹਾ ਕਿ ਉੱਥੇ ਦਸੂਏ ਸਾਡੇ 26 ਬੈੱਡ ਪਏ ਆ ਆਕਸੀਜਨ ਵਾਲੇ, ਆਕਸੀਜਨ ਦੀ ਬਹੁਤ ਕਮੀ ਸੀਗੀ, ਆਕਸੀਜਨ ਲੈਵਲ ਵਾਰ ਵਾਰ ਘੱਟ ਰਿਹਾ ਸੀਗਾ ਬ੍ਰਦਰ ਮੇਰੇ ਦਾ। ਅਤੇ ਚਲੋ ਜੋ ਡਾਕਟਰਾਂ ਨੇ ਕਿਹਾ ਮੰਨਣੇ ਵੀ ਪੈਂਦੀ ਆ, ਅਸੀਂ ਉੱਥੇ ਚੱਲ ਕੇ ਦਸੂਏ ਜਾ ਕੇ ਕੋਈ ਡਾਕਟਰ ਸਾਡੇ ਲਾਗੇ ਨਹੀਂ ਆ ਰਿਹਾ ਸੀਗਾ, ਔਰ ਉਹਨਾਂ ਦਾ ਬੋਲਣ ਦਾ ਤਰੀਕਾ ਔਰ ਜੋ ਕਿਸੇ ਨੂੰ ਡੀਲ ਕਰਦੇ ਆ, ਦੂਰ ਸੇ ਬਾਤ ਕਰੋ ਡਾਕਟਰ ਇੱਦਾਂ ਕਰਦੇ ਪਏ ਸੀ, ਕਿ ਜਿੱਦਾਂ ਅਸੀਂ ਪਤਾ ਨਹੀਂ ਮੁਜਰਮ ਸੀਗੇ ਜਾਂ ਕੀ ਸੀਗਾ, ਐਡਾ ਵੱਡਾ ਹੋਇਆ ਸਾਨੂੰ। ਉਹਨਾਂ ਨੇ ਇਹ ਕਿਹਾ ਕਿ ਇਹਨੂੰ ਇੱਥੇ ਨਹੀਂ ਰੱਖੋ, ਇਹਨੂੰ ਅੱਗੇ ਲੈ ਜਾਓ। ਉਹ ਮੈਂ ਕਿਹਾ ਅੱਗੇ ਕਿੱਥੇ ਲੈ ਜਾਈਏ, ਕਿ ਡਾਕਟਰ ਨੇ ਤੁਹਾਨੂੰ ਸੰਦ ਦਸੂਏ ਦਾ ਦੱਸਿਆ ਕਿ 26 ਬੈੱਡ ਪਏ ਆ ਆਕਸੀਜਨ ਵਾਲੇ ਵੈਂਟੀਲੇਟਰ ਵਾਲੇ, ਤੁਸੀਂ ਉੱਥੇ ਚਲ ਜਾਓ, ਸਰਕਾਰਾਂ ਨੇ ਬਹੁਤ ਵਧੀਆ ਤੁਹਾਡੇ ਵਾਸਤੇ ਸੁਵਿਧਾ ਖੋਲ੍ਹੀ ਆ। ਅਤੇ ਪਰ ਜਦੋਂ ਉਹਨਾਂ ਨੇ ਸਾਡੀ ਬਾਂਹ ਨਹੀਂ ਫੜੀ ਜੀ ਉੱਥੇ 18 ਤਰੀਕ ਨੂੰ, ਔਰ ਮੇਰੇ ਬ੍ਰਦਰ ਦੀ ਕੰਡੀਸ਼ਨ ਇੰਨੀ ਕੁ ਖਰਾਬ ਸੀਗੀ, ਇਹ ਜਾਂ ਰੱਬ ਜਾਣਦਾ ਜਾਂ ਸਾਡਾ ਪਰਿਵਾਰ ਜਾਣਦਾ ਜਾਂ ਅਸੀਂ ਜਾਣਦੇ ਹੈਗੇ ਆ। ਰਾਤ ਦੇ 10:30-11:00 ਵੱਜ ਗਏ ਸਾਨੂੰ ਧੱਕੇ ਖਾਂਦੇ ਹਨ। ਹਾਰ ਕੇ ਮੈਂ ਸਰਕਾਰੀ ਹੋਸਪਿਟਲ ਫਿਰ ਅੱਗੇ ਨਹੀਂ ਕਿਤੇ ਲੈ ਗਿਆ, ਹੁਸ਼ਿਆਰਪੁਰ ਕਹਿੰਦੇ ਕਿ ਮੈਂ ਨਹੀਂ ਉੱਥੇ ਲੈ ਗਿਆ, ਮੈਂ ਫਿਰ ਘਰ ਆਪਣੇ ਲੈ ਗਿਆ ਵਾਪਸ। ਔਰ ਰਾਤ ਨੂੰ 1:00 ਵੀਡੀਓ ਮਿਲੀ ਮੈਨੂੰ ਇਸੀ ਸੰਸਥਾ ਦੀ, ਅਤੇ 1:00 ਵੀਡੀਓ ਜਦੋਂ ਦੇਖੀ ਤਾਂ ਮਨ ਨੂੰ ਥੋੜ੍ਹਾ ਹੌਸਲਾ ਹੋਇਆ ਕਿ ਸ਼ਾਇਦ ਕਿਤੇ ਰੱਬ ਕਿਤੇ ਪੱਲਾ ਫੜ ਲਵੇ, ਡੋਰ ਫੜ ਲਏ। ਉਹ ਮੈਂ ਜੀ 1:00 ਕਾਲ ਲਾਈ, ਮੇਰੀ ਭੈਣ ਨੇ ਕਿਸੇ ਨੇ ਚੁੱਕੀ 1:00 ਕਾਲ, ਰਾਤ ਦਾ 1:00 ਸੀ, 1:00 ਕਾਲ ਚੱਕ ਲਈ, 1 ਵਾਰੀ ਬੈੱਲ ਵੱਜੀ, 2 ਵਾਰ ਕਾਲ ਚੱਕੀ ਗਈ। ਅਤੇ ਮੈਂ ਉਹਨਾਂ ਨੂੰ ਬੜੀ ਬੇਨਤੀ ਕੀਤੀ ਕਿ ਭੈਣ ਜੀ ਇੱਦਾਂ ਤਾਂ ਮੇਰਾ ਬ੍ਰਦਰ ਆ, ਉਹ ਕਹਿੰਦੇ ਤੁਸੀਂ ਸਵੇਰੇ ਇੱਥੇ ਆ ਜਾਓ, ਜਾਂ ਸਵੇਰੇ ਸਾਨੂੰ 9:00 ਮਤਲਬ ਕਿ ਹਜੇ ਓਪਨਿੰਗ ਹੋਣੀ ਸੀਗੀ, ਅਤੇ ਪਾਠ ਭੋਗ ਦਾ ਪਾਠ ਜਿਹੜੇ ਕਹਿੰਦੇ ਆ ਵਾਹਿਗੁਰੂ ਦਾ ਰੱਖਿਆ ਦਾ ਸੀਗਾ ਓਪਨਿੰਗ ਦੇ ਵਿੱਚ ਰੱਬ ਦਾ ਨਾਮ ਧਿਆ ਕੇ, ਅਤੇ ਤੁਸੀਂ 9:00 ਤੋਂ ਇੱਥੇ ਆ ਜਿਓ। ਮੈਂ ਕਿਹਾ ਜੀ ਮੈਂ ਇੱਥੇ 150-200 ਕਿਲੋਮੀਟਰ ਦੂਰ ਆ ਟਾਂਡੇ ਤੋਂ। ਅਤੇ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਆ ਜਾਓ, ਮਤਲਬ ਕਿ ਇੱਕ ਕਿਰਨ ਸਾਨੂੰ ਲੱਭੀ, ਰੱਬ ਨੇ ਦਿਖਾਈ ਐਡੀ ਦੂਰੋਂ। ਉਹ 18 ਤਰੀਕ ਦੀ ਰਾਤ ਸੀਗੀ, ਆਪਾਂ ਪਤਾ ਨਹੀਂ ਕਿੱਦਾਂ ਔਖੇ ਕੱਢਿਆ ਉਹ ਟਾਈਮ, ਸਵੇਰੇ 9:30 ਹੋਏ ਇੱਥੋਂ ਕਾਲ ਆਈ ਸਾਨੂੰ ਕਿ ਤੁਸੀਂ ਉੱਥੇ ਪਹੁੰਚ ਜਾਓ ਕਿ ਤੁਹਾਨੂੰ ਬੈੱਡ ਮਿਲ ਗਿਆ ਵਾ। ਅਤੇ ਆਪਾਂ ਠੀਕ 12:30 ਆਪਾਂ ਇੱਥੇ ਆਏ, ਔਰ ਉਹ ਮੇਰੇ ਬ੍ਰਦਰ ਦੀ ਹਾਲਤ ਬਹੁਤ ਨਾਜ਼ੁਕ ਸੀ, ਬਹੁਤ ਸੀਰੀਅਸ ਜਿਹੀ ਸੀ, ਕਿਉਂਕਿ ਆਕਸੀਜਨ ਲੈਵਲ ਘਟੀ ਜਾ ਰਿਹਾ ਸੀਗਾ। ਪਰ ਜਦੋਂ ਇੱਥੇ ਆ ਕੇ ਰੱਬ ਰੂਪ ਰੂਹਾਂ ਦੇ ਦਰਸ਼ਨ ਹੋਏ, ਮੇਰੇ ਵੀਰ ਜਿਹੜੀਆਂ ਮੇਰੇ ਭੈਣਾਂ ਅੱਗੇ ਖੜ੍ਹੇ ਸੀ ਡਾਕਟਰ ਰੂਪ ਜਾਂ ਸੇਵਾ ਕਰਦੇ ਸੀਗੇ, ਉਹਨਾਂ ਵਿੱਚ ਇੱਕ ਇਹੋ ਜਿਹੀ ਰੂਹਾਨੀ ਰੂਹ ਦੀਦੀ ਸੀਗੀ ਕਿ ਲੈ ਮੇਰਾ ਬ੍ਰਦਰ ਇੱਥੋਂ ਬਚ ਜਾਣਾ, ਮੇਰੇ ਭਰਾ ਨੇ ਬਚ ਜਾਣਾ। ਉਹੀ ਅੱਜ ਹੋਇਆ ਕਿ ਉਹਨਾਂ ਨੇ ਇੰਨੀ ਮਿਹਨਤ ਦੇ ਸਦਕਾ ਮੇਰਾ ਬ੍ਰਦਰ ਅੱਜ ਮੇਰੇ ਨਾਲ ਸਹੀ ਸਲਾਮਤ ਖੜ੍ਹਾ ਵਾ। ਅੱਜ ਕੋਵਿਡ ਦਾ ਟੈਸਟ ਕੀਤਾ, ਉਹ ਨੈਗੇਟਿਵ ਆਇਆ ਵਾ, ਅਤੇ ਮੈਂ ਇਹਨਾਂ ਦਾ ਕੋਟੀ ਕੋਟੀ ਧੰਨਵਾਦ ਕਰਦਾ ਸਾਰੇ ਵੀਰਾਂ ਦਾ ਔਰ ਆਪਣੀਆਂ ਭੈਣਾਂ ਦਾ ਜਿਹੜੇ ਇੱਥੇ ਸੇਵਾ ਕਰਦੇ ਆ, ਔਰ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ, ਖਾਣ ਪੀਣ 'ਚ ਕੋਈ ਕਮੀ ਨਹੀਂ, ਇੱਥੇ ਤੱਕ ਟੂਥਬ੍ਰੱਸ਼ ਜਿਹੜੀਆਂ ਚੀਜ਼ਾਂ ਅਸੀਂ ਘਰ ਸਾਨੂੰ ਦਿੱਕਤ ਆਉਂਦੀਆਂ ਲਿਆਉਣ ਦੇ ਵਿੱਚ ਉਹ ਵੀ ਇੱਥੇ ਸੀਗੀਆਂ, ਜਿੱਦਾਂ ਕਿ ਡਰਾਈ ਫਰੂਟ, ਫਿਰ ਫਰੂਟ ਹੋ ਗਏ ਆ, ਪਤਾ ਨਹੀਂ ਕੀ ਕੁਛ। ਤਾਂ ਮੈਂ ਧੰਨਵਾਦ ਕਰਦਾ ਇਹਨਾਂ ਦਾ ਸਾਰਿਆਂ ਦਾ, ਜਿਨ੍ਹਾਂ ਨੇ ਮੈਨੂੰ ਤੰਦਰੁਸਤ ਕਰਕੇ ਘਰ ਵਾਪਸ ਭੇਜਣ ਦੀ ਕਿਰਪਾਲਤਾ ਕੀਤੀ।